ਫਰੀਦਕੋਟ ਦੇ ਨੇੜੇ ਪਿੰਡ ਪੱਖੀ ਕਲਾਂ ਵਿੱਚ ਦੇਰ ਰਾਤ ਤਾਰਾਂ ਦੀ ਸਪਾਰਕਿੰਗ ਕਾਰਨ ਲੱਗੀ ਅੱਗ ਵਿੱਚ ਪਿੰਡ ਦੇ ਵਸਨੀਕ ਜਸਬੀਰ ਸਿੰਘ ਦਾ ਲੱਕੜ ਦਾ ਆੜਾ, ਐਕਟਿਵਾ, ਸਕੂਟਰ, ਫਰਿੱਜ ਅਤੇ 9 ਕੁਇੰਟਲ ਕਣਕ ਸੜ ਗਈ। ਇਸ ਅੱਗ ਨਾਲ 23 ਕਿੱਲੇ ਕਣਕ ਦੀ ਨਾੜ ਵੀ ਸੜ ਗਿਆ। ਪਿੰਡ ਵਾਸੀਆਂ ਦੀ ਹਿੰਮਤ ਸਦਕਾ ਕਰੀਬ 1 ਘੰਟੇ ਦੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪੀੜਿਤ ਜਸਬੀਰ ਸਿੰਘ ਨੇ ਦੱਸਿਆ ਕਿ ਹਨੇਰੀ ਕਾਰਨ ਬਿਜਲੀ ਦੀਆਂ ਤਾਰਾਂ ਆਪਸ ਵਿੱਚ ਟਕਰਾ ਗਈਆਂ, ਜਿਸ ਨਾਲ ਪੈਦਾ ਹੋਈਆਂ ਚੰਗਿਆੜੀਆਂ ਉਸਦੇ ਲੱਕੜ ਦੇ ਆਰੇ ਤੇ ਡਿੱਗ ਪਈਆਂ। ਇਸ ਨਾਲ ਲੱਕੜ ਦਾ ਆਰਾ, ਉੱਥੇ ਪਈਆਂ ਲੱਕੜਾਂ, ਫਰਿੱਜ, ਸਕੂਟਰ ਵੀ ਅੱਗ ਦੀ ਲਪੇਟ ਵਿੱਚ ਆ ਗਏ। ਹਨੇਰੀ ਕਾਰਨ ਅੱਗ ਨਾਲ ਲੱਗਦੇ ਖੇਤਾਂ ਵਿੱਚ ਵੀ ਫੈਲ ਗਈ, ਜਿਸ ਨਾਲ 23 ਕਿੱਲੇ ਨਾੜ ਅਤੇ ਸਕੂਟਰ ਵੀ ਸੜ ਗਿਆ। ਅੱਗ ਲੱਗਣ ਦੀ ਬਿਜਲੀ ਤੋਂ ਲੱਗੀ ਹੈ ਜੀ ਅੱਗ। ਪੈਟਰੋਲ ਪੰਪ ਕੋਲ ਹੈਗਾ ਜੀ ਸਟਾਰ ਫਾਰਮ, ਉੱਥੋਂ ਅੱਗ ਲੱਗ ਕੇ ਅਤੇ ਆਈਏ 7:35 'ਤੇ ਅੱਗ ਲੱਗੀ ਹੈ ਜੀ। 23 ਕਿੱਲੇ ਲਗਭਗ ਹੈ ਜੀ ਆਰੇ ਤੋਂ ਹੈ ਜੀ ਮੇਰੇ ਆਰੇ 'ਤੇ। ਕਿੰਨਾ ਕੁ ਨੁਕਸਾਨ ਹੋਇਆ ਮੇਰਾ? ਲਗਭਗ ਹੋਊਗਾ ਜੀ, ਐਕਟਿਵਾ ਮੱਚੀ ਇੱਕ ਤਾਂ ਜੀ, ਫਰਿੱਜ ਅਤੇ ਸ਼ੈੱਡ ਸੀਗਾ ਪਸ਼ੂਆਂ ਵਾਲਾ, ਉਹ ਮੱਚ ਗਿਆ। ਕਣਕ ਦੇ ਗੱਟੇ ਸੀਗੇ, ਨਾ ਉਹ ਮੱਚ ਗਏ। 10,000 ਰੁਪਇਆ ਪੈਸੇ ਸੀਗੇ ਪਿੰਡ ਦੇ ਵਿੱਚ ਪਾਇਆ ਹੋਇਆ, ਉਹ ਵੀ ਮੱਚ ਗਏ।